राणा साहब आज जड़ी तानू गेम खिलानी है ना इंदा ना हैगा प्लिंको चैलेंज प्लिंको चैलेंज इंदे विच तानू पांच गेम दिते जाणगे तुसी गेम सुटने ने ते अगे तुहाडे कोल ना पांच डिब्बे ने जिन्ना च गेम टिक सकदा ठीक है सर ओंदे च 100 रुपया लैगा 500 वाला हैगा ते 1000 वाला हैगा अच्छा जी ठीक है तुसी गेंद इकट्ठे भी सुट सकदे जे तुसी एक एक करके भी सुट ठीक है सर प्लिंको चैलेंज सानू चैलेंज कीता उन्होंने तो असी चैलेंज कबूल करते हैं ठीक है जनाब ਲਈ ਭਾਅ ਜੀ ਹਜ਼ਾਰਾ ਲਿਓ ਤੁਹਾਡੇ ਇੱਚ ਕੜੁੰਮ ਹੋਵੇ ਅੱਛਾ ਬੋਲਾਂ ਨੇ ਜੀ ਲਓ ਜੀ ਭਾਅ ਜੀ ਤੁਸੀਂ ਸਾਡੇ ਨਾਲ ਰਹਿਣਾ ਮੇਰੇ ਵਾਸਤੇ ਜ਼ਰਾ ਹੈਲਪ ਕਰਿਓ ਥੋੜ੍ਹੀ ਜੀ ਇਹ ਪੰਜ ਬੋਲਾਂ ਨੇ ਬਿਸਮਿਲਲਾ ਰਹਿਮਾਨ ਰਹੀਮ ਮੈਂ ਵੀ ਅੰਦਾ ਹੀ ਸਪੁੱਤ ਗਿਆ ਅਤੇ ਐਂ ਜੀ ਕੜਿਮ ਕਰ ਦੇਣਾ ਜੀ ਅੱਛਾ ਲਓ ਜੀ ਇਹ ਤੁਸੀਂ ਮੇਰੇ ਲਈ ਦੁਆ ਕਰਨਾ ਇਹ ਦੇਖੋ ਇਹ ਪਹਿਲੇ ਹੀ ਚੱਲੇ ਆ ਜੇ ਕਿੱਡਾ ਕਾਲ ਆਇਆ ਅਤੇ ਇਹ ਹੁਣ ਮੈਂ ਸੁੱਟ ਦਿਆਂ ਜੀ ਬਿਸਮਿਲਲਾਹਿਰਰਹਿਮਾਨਿਰਰਹੀਮ ਤੂੰ ਥੋੜ੍ਹਾ ਜਿਹਾ ਇੱਧਰ ਨਹੀਂ ਹੁੰਦਾ ਯਾਰ ਨਹੀਂ ਚੱਲਣਾ ਸਹੀ ਅੱਛਾ ਇੱਧਰੋਂ ਅਗਰ ਜਾਵੇ ਤਾਂ ਕੰਨੀ ਖਾ ਕੇ ਤਾਂ ਉੱਧਰ ਜਾਏਗਾ ਚੱਲ ਜਾਣ ਦੇ ਯਾਰ ਪੰਜ ਸੌ ਮਿਲਿਆ ਅੱਲਾਹ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਪੰਜ ਸੌ ਲੱਭ ਗਿਆ ਅਤੇ ਦੋ ਜੇ ਅੜ ਗਈਆਂ ਨੇ ਅੱਛਾ ਜੀ ਕੁਲਚੇਰ ਭਾਈ ਤੁਹਾਡੇ ਹੋਏ ਨੇ 1000 ਵਿੱਚ ਗਿਆ 3 500 ਵਿੱਚ ਗਏ ਨੇ ਅਤੇ 100 ਵਿੱਚ ਗਿਆ ਵੈਰੀ ਗੁੱਡ ਯਾਨੀ ਕਿ ਤੁਹਾਨੂੰ 2600 ਰੁਪਇਆ ਮਿਲਿਆ ਯਾਨੀ ਕਿ ਅਸੀਂ ਸਾਰੇ ਵਿਲਨ ਰਹੇ ਵਿਨਰ ਆ ਗਏ ਵੈਰੀ ਗੁੱਡ ਜਨਾਬ ਇਹ 1000 ਆ ਲਈ ਇਹ 1400 ਚਲੋ ਸ਼ੁਕਰ ਅਲਹਮਦੁਲਿਲਾਹ ਰੱਬਿਲ ਆਲਮੀਨ ਅੱਲਾ ਦਾ ਸ਼ੁਕਰ ਹੈ ਕਿਉਂ ਜੀ ਮੈਂ ਕਹਿੰਦਾ ਇਹ ਤੁਸੀਂ ਗੇਮ ਤੁਹਾਨੂੰ ਇੱਕ ਵਾਰੀ ਬੜੀ ਦੇਰ ਪਹਿਲਾਂ ਖਿਲਾਈ ਸੀ ਉਹ ਬੜਾ ਮਜ਼ਾ ਆਇਆ ਸੀ ਉਹ ਖੋਲ੍ਹਣ ਵਾਲੀ ਲੇਕਿਨ ਇਹ ਤਾਂ ਬੜੀ ਮਜ਼ੇਦਾਰ ਗੇਮ ਹੈਗੀ ਕਿਆ ਬਾਤ ਹੈ ਗਿਆ 1000 ਵਾਲੇ 'ਚ ਅਤੇ ਇੱਕ ਗਿਆ 500 ਵਾਲੇ 'ਚ ਅਤੇ 3 ਗਏ ਨੇ 100 ਵਾਲੇ ਠੀਕ ਕਿੰਨੇ ਮਿਲੇ ਤੁਹਾਨੂੰ ਪਤਾ 1800 ਸਹੀ ਹੈ ਮਜ਼ਾ ਆਇਆ ਗੇਮ ਖੇਡਣ ਦਾ ਬਹੁਤ ਮਜ਼ਾ ਆਇਆ ਅਸੀਂ ਉਮੀਦ ਨਹੀਂ ਡੇਢ ਵੱਧ ਹੀ ਅੱਲਾ ਜੀ ਤਾਂ ਕੈਸਾ ਲੱਗਿਆ ਬਹੁਤ ਅੱਛਾ ਜਨਾਬ ਕਦੇ ਕਦੇ ਵਿਖਾਉਂਦੇ ਰੋਜ਼ ਇਹੋ ਜਿਹਾ ਕੰਮ ਵਿਖਾਇਆ ਕੋਲ ਸਾਨੂੰ ਠੀਕ ਹੋ ਗਿਆ ਅਤੇ ਲਓ ਜੀ ਬੜਾ ਮਜ਼ਾ ਆਇਆ ਜੀ ਇੱਕ ਵਾਰੀ ਹੋਰ ਨਹੀਂ ਮਿਲ ਸਕਦੀ ਮੈਨੂੰ ਬਹੁਤ ਅੱਛਾ ਲੱਗਾ ਔਰ ਮੈਨੂੰ ਉਮੀਦ ਨਹੀਂ ਸੀ ਕਿ ਇਹ ਗੇਂਦ ਚਲੇ ਜਾਣਗੇ ਕਿਉਂਕਿ ਤੁਸੀਂ ਰੁਕਾਵਟਾਂ ਇੰਨੀਆਂ ਖੜੀਆਂ ਕਰਦੀਆਂ ਸੀ ਜਿਵੇਂ ਟ੍ਰੈਫਿਕ ਜਾਮ ਹੋਈ ਜ਼ਿਆਦਾ ਬੰਦ ਹੈਗਾ ਮੈਂ ਕਿਹਾ ਯਾਰ ਜਾਏਗਾ ਕਿਸ ਤਰ੍ਹਾਂ ਫਿਰ ਮੈਂ ਇੱਕ ਟਰਾਈ ਕੀਤਾ ਅਤੇ ਉਹਦੀ ਢਲਾਣ ਦੀ ਵਜ੍ਹਾ ਨਾਲ ਮੈਨੂੰ ਫਿਰ ਅੰਦਾਜ਼ਾ ਹੋ ਗਿਆ ਮੈਂ ਫਿਰ ਜਿੱਧਰੋਂ ਸੁੱਟਦਾ ਸੀ ਆਪੇ ਆਪ ਹੀ ਘੜਮ ਚਲੇ ਜਾਂਦਾ ਸੀ ਉਹਦੇ 'ਚ ਜ਼ਬਰਦਸਤ ਬੜਾ ਮਜ਼ਾ ਆਇਆ ਵੈਰੀ ਗੁੱਡ ਅਤੇ ਲਓ ਜੀ ਮੈਂ ਤਾਂ 1400 ਮੰਤੇ ਸਮਝੋ ਇੱਦੀ ਆ ਗਈ ਅਤੇ ਹੁਣ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਅਤੇ ਘੰਟੀ ਦੇ ਬਟਨ ਨੂੰ ਨਾ ਟੈਨ ਕਰਕੇ ਦਬਾ ਦੇਣਾ ਠੀਕ ਹੋ ਗਿਆ ਜੀ ਅੱਲਾ ਹਾਫਿਜ਼